ਅਸੀਂ ਕਹਿਣਾ ਚਾਹੁੰਦੇ ਹਾਂ ਜੀ ਮੈਡਮ ਹਰ ਸਿਮਰਤ ਕੌਰ ਆਈ ਸਾਡੇ ਪਰਿਵਾਰ ਦਾ ਦੁੱਖ ਵੰਡਾਇਆ ਤੇ ਸਾਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਤੇ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਸੀਐਮ ਭਗਵੰਤ ਮਾਨ ਵੀ ਸਾਡਾ ਦੁੱਖ ਸੁਣਨ ਤੇ ਸਾਡੇ ਪਰਿਵਾਰ ਦਾ ਦੁੱਖ ਸਮਝਣਾ ਤੇ ਸਾਨੂੰ ਇਨਸਾਫ ਦਿਵਾਉਣ ਸਾਡਾ ਇਨਸਾਫ ਇਹ ਹੈ ਵੀ ਸਾਡੇ ਮੁੰਡੇ ਨੂੰ ਜਿਹਨੇ ਵੀ ਗੋਲੀ ਮਾਰੀ ਆ ਸਾਨੂੰ ਉਹ ਬੰਦੇ ਨੂੰ ਜਲਦੋਂ ਤੋਂ ਜਲਦ ਸਜ਼ਾ ਦਿਵਾਉਣੀ ਚਾਹੀਦੀ ਆ ਤੇ ਸਾਡਾ ਦੁੱਖ ਸੁਣਨਾ ਚਾਹੀਦਾ ਤੇ ਸਾਡੇ ਕਿਸਾਨ ਆਗੂ ਵੀ ਮਤਲ ਜਿਹੜਾ ਵੀ ਜੰਗ ਲੜਦੇ ਆ ਹਨਾ ਸਾਨੂੰ ਉਹ ਚੋਂ ਵੀ ਮਤਲ ਸਾਡੀ ਗੱਲ ਸੁਣਨੀ ਚਾਹੀਦੀ ਆ ਤੇ ਸਾਨੂੰ ਸਾਡੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਵੀ ਮੰਨਣੀਆਂ ਚਾਹੀਦੀਆਂ ਕਿਉਂਕਿ ਸਾਡਾ ਮੁੰਡਾ ਮੰਗਾਂ ਦੀ ਖਾਤਰੀ ਸੀਧ ਹੋਇਆਗਾ ਤੇ ਕਿਸੇ ਨੂੰ ਕੋਈ ਸੌਂਕ ਨਹੀਂ ਹੁੰਦਾ ਵੀ ਉੱਥੇ ਜਾ ਕੇ ਅਸੀਂ ਗੋਲੀਆਂ ਖਾਈਏ ਜਾਂ ਆਥਰੂ ਗੈਂਸ ਦੇ ਗੋਲੇ ਖਾਈਏ ਜਾਂ ਵੀ ਸਾਡੇ ਸਾਟਾ ਫੇਟਾ ਵੱਜਣ ਜਾਂ ਕੋਈ ਵੀ ਮਾਮਾ ਦੇ ਪੁੱਤ ਮਾਰਨਾ ਸਾਨੂੰ ਕੋਈ ਵੀ ਮਤਲ ਇਹ ਜਾਣੀਗਾ ਸਾਨੂੰ ਵੀ ਮਤਲ ਸਾਡੀਆਂ ਹੱਕਾਂ ਦੇਣੇ ਚਾਹੀਦੇ ਆ ਸਰਕਾਰ ਨੂੰ ਸੁਣਨਾ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਵੀ ਸੁਣਨਾ ਚਾਹੀਦਾ ਸਾਡੇ ਨਾਲ ਅੱਜ ਹ ਸਿਮਰਤ ਕੌਰ ਆਏ ਤੇ ਉਹਨਾਂ ਨੇ ਸਾਡਾ ਦੁੱਖ ਸਾਂਝਾ ਕੀਤਾ ਸਾਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਕਿ ਪਾਣੀ ਕਿੰਨੇ ਕਿਦੋਂ 13 ਤਰੀਕ ਦਾ ਗਿਆ ਹੋਇਆ ਸੀ ਜਦੋਂ ਵੀ ਅਸੀਂ ਫੋਨ ਲਾਉਂਦੇ ਤੇ ਸਾਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਘਰ ਆਉਂਗਾ ਤਾਂ ਮੰਗਾ ਮੋਨਾ ਕੇ ਆਉਂਗਾ ਨਹੀਂ ਮੈਂ ਘਰ ਨਹੀਂ ਆਉਂਦਾ ਉਹਨਾਂ ਟਾਈਮ ਅਸੀਂ ਫੋਨ ਲਾਉਂਦੇ ਤਾਂ ਸਾਡਾ ਮੁੰਡਾ ਫੋਨ ਨਹੀਂ ਚੱਕਦਾ ਸੀਗਾ ਤੇ ਗੱਲ ਵੀ ਨਾ ਕਰਦਾ ਸਾਡੇ ਨਾਲ ਤੇ ਅਸੀਂ ਰੋਕਿਆ ਵੀ ਬਥੇਰਾ ਸੀ ਪਰ ਰੁਕਿਆ ਨਹੀਂ ਸਾਡਾ ਮੁੰਡਾ ਸਾਡੇ ਮੁੰਡੇ ਨੂੰ ਇਨਸਾਫ ਦਿਵਾਉਣਾ ਮੰਗਣ ਆਂਦੇ ਆ ਅਸੀਂ ਹੋਰ ਕੁਝ ਨਹੀਂ ਚਾਹੁੰਦਾ ਸਾਨੂੰ ਵੀ ਮਤਲ ਜਿੰਨੀਆਂ ਉਹਦੀਆਂ ਭੈਣਾਂ ਮਤਲ ਦੋਨੇ ਨੇ ਉਹਨਾਂ ਕਿਨੀ ਵੀ ਵੇਖਣਾ ਚਾਹਿੰਦਾ ਉਹਦੇ ਪਿਓ ਕਿਨੀ ਵੀ ਦੇਖਣਾ ਚਾਹਿੰਦਾ ਦਾਦੀ ਕਿਨੀ ਵੀ ਵੇਖਣਾ ਚਾਹਿੰਦਾ ਵੀਰੇ ਵੀ ਮਾਤਰ ਉਹਦੀ ਦਾਦੀ ਦੀ ਤਾਂ ਸਾਰੀ ਉਮਰ ਹੀ ਦੁੱਖਾਂ ਚ ਨੰਗੀ ਪੁੱਤ ਪਾਲਿਆ ਸੀ ਪੁੱਤ ਦਾ ਵਿਆਹ ਕਰਨਾ ਸੀ ਚੋ ਸੀ ਏ ਕੁਛ ਵੀ ਨਹੀਂ ਗਾ ਸਾਡੇ ਪੱਲੇ ਤਾਂ ਅੱਜ ਉਹਦੀਆਂ ਭੈਣਾਂ ਨਹੀਂ ਰੋਂਦੀਆਂ ਥੱਲੀਆਂ ਜਾਂਦੀਆਂ ਹਾਂਜੀ ਸਾਡਾ ਦੁੱਖ ਬਣਾ ਕੇ ਗਈ ਆਈ ਸੀ ਸਾਡੇ ਨਾਲ ਦੁੱਖ ਸੋ ਕੀਤਾ ਬਹੁਤ ਸਾਂਝਾ ਉਹਨਾਂ ਨੇ ਤੇ ਸਾਡੇ ਨੇ ਇਹ ਗੱਲਾਂ ਵੀ ਕਰੀਆਂ ਵੀ ਅਸੀਂ ਜਾ ਕੇ ਤੁਹਾਡਾ ਉੱਥੇ ਵੀ ਧਰਾਂਗੇ ਇਸ ਕੰਮ ਦਾ ਇਹ ਸਾਰਾ ਥੋੜਾ ਥੋੜਾ ਸੁਣਾਂਗੇ ਤੁਹਾਡੇ ਨਾਲ ਹੈ ਜੀ ਤੇ ਆਏ ਸੀ ਜੀ ਸਾਡੇ ਨਾਲ ਬਹੁਤ 200 ਕਰਕੇ ਗਏ ਘੰਟਾ ਬਹਿ ਕੇ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਮੈਡਮ ਹਰਸਿਮਰਤ ਕੌਰ ਆਈ ਸਾਡੇ ਪਰਿਵਾਰ ਦਾ ਦੁੱਖ ਵੰਡਾਇਆ ਤੇ ਸਾਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਤੇ ਅਸੀਂ ਇਹ ਵੀ ਮੰਗ ਕਰਦੇ ਆ ਕਿ ਸੀਐਮ ਭਗਵੰਤ ਮਾਨ ਵੀ ਸਾਡਾ ਦੁੱਖ ਸੁਣਨ ਤੇ ਸਾਡੇ ਪਰਿਵਾਰ ਦਾ ਦੁੱਖ ਸਮਝਣਾ ਤੇ ਸਾਨੂੰ ਇਨਸਾਫ ਦਿਵਾਉਣ ਸਾਡਾ ਇਨਸਾਫ ਇਹ ਹੈ ਵੀ ਸਾਡੇ ਮੁੰਡੇ ਨੂੰ ਜਿਹਨੇ ਵੀ ਗੋਲੀ ਮਾਰੀ ਆ ਸਾਨੂੰ ਉਹ ਬੰਦੇ ਨੂੰ ਜਲਦ ਤੋਂ ਜਲਦ ਸਜ਼ਾ ਦਪੋਣੀ ਚਾਹੀਦੀ ਆ ਤੇ ਸਾਡਾ ਦੁੱਖ ਸੁਣਨਾ ਚਾਹੀਦਾ ਤੇ ਸਾਡੇ ਕਿਸਾਨ ਆਗੂ ਵੀ ਮਤਲ ਜਿਹੜਾ ਵੀ ਜੰਗ ਲੜਦੇ ਆ ਹਨਾ ਸਾਨੂੰ ਉਹ ਚੋਂ ਵੀ ਮਤਲ ਸਾਡੀ ਗੱਲ ਸੁਣਨੀ ਚਾਹੀਦੀ ਆ ਤੇ ਸਾਨੂੰ ਸਾਡੀਆਂ ਜਿੰਨੀਆਂ ਵੀ ਮੰਗਾਂ ਨੇ ਉਹ ਵੀ ਮੰਨਣੀਆਂ ਚਾਹੀਦੀਆਂ ਕਿਉਂਕਿ ਸਾਡਾ ਮੁੰਡਾ ਮੰਗਾਂ ਦੀ ਖਾਤਰੀ ਸੀਧ ਹੋਇਆਗਾ ਤੇ ਇਸਨੂੰ ਕੋਈ ਸੌਂਕ ਨਹੀਂ ਹੁੰਦਾ ਵੀ ਉੱਥੇ ਜਾ ਕੇ ਅਸੀਂ ਗੋਲੀਆਂ ਖਾਈਏ ਜਾਂ ਆਥਰੂ ਗੈਂਸ ਦੇ ਗੋਲੇ ਖਾਈਏ ਜਾਂ ਵੀ ਸਾਡੇ ਸਾਟਾ ਫੇਟਾ ਵੱਜਣ ਜਾਂ ਕੋਈ ਵੀ ਮਾਮਾ ਦੇ ਪੁੱਤ ਮਾਰਨ ਸਾਨੂੰ ਕੋਈ ਵੀ ਮਤਲ ਇਹ ਜਾਣੀਗਾ ਸਾਨੂੰ ਵੀ ਮਤਲ ਸਾਡੀਆਂ ਹੱਕਾਂ ਦੇਣੇ ਚਾਹੀਦੇ ਆ ਸਰਕਾਰ ਨੂੰ ਸੁਣਨਾ ਚਾਹੀਦਾ ਸੀਐਮ ਭਗਵੰਤ ਮਾਨ ਨੂੰ ਵੀ ਸੁਣਨਾ ਚਾਹੀਦਾ ਸਾਡੇ ਨਾਲ ਅੱਜ ਹਰ ਸਿਮਰਤ ਕੌਰ ਆਏ ਤੇ ਉਹਨਾਂ ਨੇ ਸਾਡਾ ਦੁੱਖ ਸਾਂਝਾ ਕੀਤਾ ਸਾਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ ਕਿ ਪੜੇ ਕਿੰਨੇ ਕਿਦਾਂ 13 ਤਰੀਕ ਦਾ ਗਿਆ ਹੋਇਆ ਸੀ ਜਦੋਂ ਵੀ ਅਸੀਂ ਫੋਨ ਲਾਉਂਦੇ ਤੇ ਸਾਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ ਵੀ ਮੈਂ ਘਰ ਆਉਂਗਾ ਤਾਂ ਮੰਗਾ ਮੋਨਾ ਕੇ ਆਉਂਗਾ ਨਹੀਂ ਮੈਂ ਘਰ ਨਹੀਂ ਆਉਂਦਾ ਉਹਨਾਂ ਟਾਈਮ ਅਸੀਂ ਫੋਨ ਲਾਉਂਦੇ ਤਾਂ ਸਾਡਾ ਮੁੰਡਾ ਫੋਨ ਨਹੀਂ ਚੱਕਦਾ ਸੀਗਾ ਤੇ ਗੱਲ ਵੀ ਨਾ ਕਰਦਾ ਸਾਡੇ ਨਾਲ ਤੇ ਅਸੀਂ ਰੋਕਿਆ ਵੀ ਬਥੇਰਾ ਸੀ ਪਰ ਰੁਕਿਆ ਨਹੀਂ ਸਾਡਾ ਮੁੰਡਾ ਸਾਡੇ ਮੁੰਡੇ ਨੂੰ ਇਨਸਾਫ ਦਿਵਾਉਣਾ ਮੰਗਣ ਆਂਦੇ ਆ ਅਸੀਂ ਹੋਰ ਕੁਝ ਨਹੀਂ ਚਾਹੁੰਦਾ ਸਾਨੂੰ ਵੀ ਮਤਲਬ ਜਿੰਨੀਆਂ ਉਹਦੀਆਂ ਭੈਣਾਂ ਮਤਲਬ ਦੋਨੇ ਨੇ ਉਹਨਾਂ ਕਿੰਨੀ ਵੀ ਵੇਖਣਾ ਚਾਹੁੰਦਾ ਉਹਦੇ ਪਿਓ ਕਿੰਨੀ ਵੀ ਦੇਖਣਾ ਚਾਹੁੰਦਾ ਦਾਦੀ ਕਿੰਨੀ ਵੀ ਵੇਖਣਾ ਚਾਹੁੰਦਾ ਵੀਰੇ ਵੀ ਮਤਲਬ ਉਹਦੀ ਦਾਦੀ ਦੀ ਤਾਂ ਸਾਰੀ ਉਮਰ ਹੀ ਦੁੱਖਾਂ ਚ ਨੰਗੀ ਪੁੱਤ ਪਾਲਿਆ ਸੀ ਪੁੱਤ ਦਾ ਵਿਆਹ ਕਰਨਾ ਸੀ ਚੋ ਸੀ ਏ ਕੁਝ ਵੀ ਨਹੀਂ ਗਾ ਸਾਡੇ ਪੱਲੇ ਤਾਂ ਅੱਜ ਉਹਦੀਆਂ ਭੈਣਾਂ ਨਹੀਂ ਰੋਂਦੀਆਂ ਥੱਲੀਆਂ ਜਾਂਦੀਆਂ ਹਾਂਜੀ ਸਾਡਾ ਦੁੱਖ ਬਣਾ ਕੇ ਗਈ ਆਈ ਸੀ ਸਾਡੇ ਨਾਲ ਦੋਸਤ ਕੀਤਾ ਬਹੁਤ ਸਾਂਝਾ ਉਹਨਾਂ ਨੇ ਤੇ ਸਾਡੇ ਨਾਲ ਇਹ ਗੱਲਾਂ ਵੀ ਕਰੀਆਂ ਵੀ ਅਸੀਂ ਜਾ ਕੇ ਤੁਹਾਡਾ ਉੱਥੇ ਵੀ ਧਰਾਂਗੇ ਇਸ ਕੰਮ ਦਾ ਜੀ ਸਾਰਾ ਤੁਹਾਡਾ ਸਬਦ ਸੁਣਾਂਗੇ ਤੁਹਾਡੇ ਨਾਲ ਐਂ ਜੀ ਤੇ ਆਈ ਸੀ ਜੀ ਸਾਡੇ ਨਾਲ ਬਹੁਤ ਦੋਸਤ ਕਰਕੇ ਗਏ ਆ ਘੰਟਾ ਬਹਿ ਕੇ